आप भी रॉकी टीवी के डीलरशिप लेना चाहते हैं तो दिए गए इस नंबर पर संपर्क करें। हमारा नंबर है 9878740455। अरदास सरबत दा भला पंजाबी फिल्म रिलीज के बाद लोगों को बहुत पसंद आ रही है। वहीं लोगों को धन्यवाद करने के लिए फिल्म के स्टार कास्ट अलग अलग शहरों में बने पीवीआर सिनेमा में मल्टीप्लेक्स सिनेमा में विजिट कर रहा है। वहीं आज लुधियाने के पवेलियन मॉल में गुरप्रीत गुगी एवं मलकीत सिंह रोनी ने फिल्म देखने आए लोगों से बातचीत की और उनका धन्यवाद किया। कहा कि इस फिल्म में एक नहीं बहुत सारे मैसेज हैं और आप सभी अपने साथ वालों को इस फिल्म के बारे में जरूर बताएं ताकि कोई भी व्यक्ति इस फिल्म को देखने से रहना चाहे। लुधियाना से अनिल पासी की रिपोर्ट। ਅਰਦਾਸ ਫਿਲਮ ਨੂੰ ਲੈ ਕੇ ਲਗਾਤਾਰ ਜਿਹੜੇ ਜਿੰਨੇ ਵੀ ਆਡੀਅੰਸ ਆ ਬਹੁਤ ਜ਼ਿਆਦਾ ਦੇਖ ਕੇ ਭਾਵੁਕ ਹੋ ਜਾਂਦੀ ਆ, ਕਿਵੇਂ ਦੇਖਦੇ ਹੋ ਤੁਸੀਂ ਪਹੁੰਚੇ ਹੋ ਅੱਜ? ਬਸ ਜੀ ਭਾਵਨਾਵਾਂ ਨੂੰ ਹੀ ਉਜਾਗਰ ਕਰਨ ਦੀ ਲੋੜ ਹੁੰਦੀ ਹੈ ਕਿਉਂਕਿ ਭਾਵਨਾਵਾਂ ਹੀ ਮਰਦੀਆਂ ਜਾ ਰਹੀਆਂ ਸਮਾਜ ਦੀਆਂ, ਰਿਸ਼ਤਿਆਂ ਨੂੰ ਲੈ ਕੇ ਹੋਣ ਚਾਹੇ ਨੈਤਿਕਤਾ ਨੂੰ ਲੈ ਕੇ ਹੋਣ ਚਾਹੇ ਆਪਣੀਆਂ ਸੋਸ਼ਲ ਰਿਸਪੋਂਸੀਬਿਲਿਟੀਜ਼ ਨੂੰ ਲੈ ਕੇ ਹੋਣ। ਕੋਸ਼ਿਸ਼ ਹੈ ਸਿਨੇਮਾ ਦਾ ਸਦਉਪਯੋਗ ਕਰਦੇ ਹੋਏ, ਇਹਦੀ ਬੈਟਰ ਇਸਤੇਮਾਲ ਕਰਦੇ ਹੋਏ ਸਿਨੇਮੇ ਦਾ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਨਾਲ ਲੋਕਾਂ ਨੂੰ ਜੋੜਿਆ ਜਾਏ, ਅਦਬ ਦੀ ਗੱਲ ਲੋਕਾਂ ਦੇ ਨਾਲ ਸਾਂਝੀ ਕੀਤੀ ਜਾਏ ਤਾਂ ਸਿਨੇਮਾ ਇੱਕ ਬਹੁਤ ਵੱਡਾ ਰੋਲ ਪਲੇ ਕਰ ਸਕਦਾ ਸੁਸਾਇਟੀ ਦੇ ਨਵ ਨਿਰਮਾਣ ਦੇ ਵਿੱਚ। ਮੈਸੇਜ ਕੀ ਹੈ ਜੀ, ਕੀ ਕਹਿਣਾ? ਬਿਲਕੁਲ ਮੈਸੇਜ, ਇੱਕ ਮੈਸੇਜ ਨਹੀਂ ਹੈ, ਫਿਲਮ ਦੇਖਣ ਜਾਓਗੇ ਤਾਂ ਸੈਂਕੜੇ ਮੈਸੇਜ ਨੇ, ਤੁਹਾਨੂੰ ਮੈਸੇਜਾਂ ਦਾ ਇੱਕ ਪੂਰਾ ਬੁੱਕੇ ਮਿਲੇਗਾ ਜੋ ਤੁਸੀਂ ਆਪਣੇ ਘਰ ਲੈ ਕੇ ਆਓਗੇ, ਤੁਹਾਨੂੰ ਲੱਗੇਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਅੱਜ ਇੱਕ ਬਹੁਤ ਵੱਡਾ ਗਿਫਟ ਦਿੱਤਾ ਕਿਉਂਕਿ ਘਰ ਲਈ ਸੁਗਾਤਾਂ ਉਹ ਨਹੀਂ ਹੁੰਦੀਆਂ ਜਿਹੜੀਆਂ ਲਿਫਾਫੇ 'ਚ ਪਾ ਕੇ ਜਾਂ ਟੋਕਰੀ 'ਚ ਪਾ ਕੇ ਲਿਆਉਂਦੇ ਹਾਂ, ਸੁਗਾਤਾਂ ਉਹ ਵੀ ਹੁੰਦੀਆਂ ਜਿਹੜੀਆਂ ਬੱਚਿਆਂ ਦੇ ਕਿਰਦਾਰ 'ਚ ਪਾਉਂਦੇ ਹਾਂ ਆਪਾਂ। ਸੋ ਇਹਦੇ 'ਚ ਬੱਚਿਆਂ ਦੇ ਕਿਰਦਾਰ 'ਚ ਪਾਉਣ ਨੂੰ ਬਹੁਤ ਕੁਛ ਹੈ। ਕਿਉਂਕਿ ਜੀ ਲੋਕਾਂ ਦਾ ਸਵਾਲ ਹੈ, ਕਾਮੇਡੀ ਤੋਂ ਹਟ ਕੇ ਇੱਕ ਅਲੱਗ ਕਿਰਦਾਰ ਨਿਭਾਇਆ, ਕਿਵੇਂ ਦੇਖਦੇ ਹੋ? ਕੀ ਲੱਗਦਾ ਤੁਹਾਨੂੰ ਕਿ ਲੋਕਾਂ ਨੂੰ ਇਹ ਵੀ ਕਿਰਦਾਰ ਵੈਸੇ ਤਾਂ ਬਹੁਤ ਪਸੰਦ ਆਇਆ, ਕਿ ਅੱਗੇ ਵੀ ਇਸ ਤਰ੍ਹਾਂ ਦਾ ਲੈ ਕੇ ਆਉਂਗੇ? ਬਿਲਕੁਲ ਜੀ, ਸਾਡਾ ਹੌਸਲਾ ਬਣਿਆ ਸੀ ਪਹਿਲੀ ਜਦੋਂ ਅਰਦਾਸ ਫਿਲਮ ਸਾਡੀ ਆਈ ਸੀ, ਉਸ ਤੋਂ ਬਾਅਦ ਅਰਦਾਸ ਕਰਾਂ ਨੇ ਸਾਡੇ ਹੌਸਲੇ ਬੁਲੰਦ ਕੀਤੇ ਅਤੇ ਇੱਥੇ ਜੋ ਮਾਣ ਸਨਮਾਨ ਇਸ ਫਿਲਮ ਦੇ ਨਾਲ ਮਿਲ ਰਿਹਾ ਅਰਦਾਸ ਸਰਬਤ ਦੇ ਭਲੇ ਦੀ, ਮੈਨੂੰ ਲੱਗਦਾ ਕਿ ਇਹ ਜੋਨਰ ਹੁਣ ਮੇਰੇ ਨਾਲ ਜੁੜ ਜਾਣਾ, ਜਿੱਦਾਂ ਐਜ਼ ਏ ਕਮੇਡੀਅਨ ਹੀ ਲੋਕ ਮੈਨੂੰ ਪਹਿਲੇ ਸਮਝਦੇ ਰਹੇ ਆ, ਹੁਣ ਮੈਨੂੰ ਲੱਗਦਾ ਕਿ ਲੋਕ ਮੈਨੂੰ ਗੁਰਮੁਖ ਸਿੰਘ ਵਾਲੇ ਕਿਰਦਾਰ 'ਚ ਜ਼ਿਆਦਾ ਦੇਖਣਾ ਚਾਹੁੰਗੇ। ਪਰ ਮੈਂ ਕੋਸ਼ਿਸ਼ ਕਰਾਂਗਾ ਮੈਂ ਬੈਲੈਂਸ ਬਣਾ ਕੇ ਰੱਖਾਂ ਕਿਉਂਕਿ ਇੱਕ ਐਕਟਰ ਦਾ ਸਾਰਿਆਂ ਦਾ ਹੱਕ ਹੁੰਦਾ ਕਿ ਐਕਟਰ ਅਤੇ ਉਹਨਾਂ ਨੂੰ ਹਰ ਤਰ੍ਹਾਂ ਦਾ ਐਂਟਰਟੇਨਮੈਂਟ ਮਿਲਦਾ ਰਹੇਗਾ ਜੋ ਜੋ ਮੇਰੀ ਆਡੀਅੰਸ ਮੇਰੇ ਤੋਂ ਐਕਸਪੈਕਟ ਕਰਦੀ। ਲਾਸਟ ਸਵਾਲ, ਸਾਰੀਆਂ ਆਡੀਆਂ ਫੁੱਲ ਨੇ ਜੀ ਲੁਧਿਆਣੇ ਦੀਆਂ? ਬਿਲਕੁਲ ਜੀ, ਅੱਜ ਲੁਧਿਆਣੇ ਦੀਆਂ ਹੀ ਨਹੀਂ ਜੀ, ਪੰਜਾਬ ਤੋਂ ਬਾਹਰ ਵੀ ਫੁੱਲ ਨੇ ਔਰ ਓਵਰਸੀਜ਼ ਤਾਂ ਫਿਲਮ ਨੇ, ਮਤਲਬ ਜਿਹਨੂੰ ਪੰਜਾਬੀ 'ਚ ਕਹਿੰਦੇ ਨੇਰੀ ਠਾਲੀ ਹੋਈ ਹੈ ਜੀ। ਸਾਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਚਲੋ ਹੋਰ ਵੀ ਫਿਲਮਾਂ ਆਉਂਦੀਆਂ ਨੇ, ਕਾਮਯਾਬ ਹੁੰਦੀਆਂ ਨੇ, ਕਲੈਕਸ਼ਨ ਵੀ ਕਰਦੀਆਂ ਨੇ, ਪਰ ਜਿਹੜਾ ਮੈਸੇਜ ਜੋ ਸੰਦੇਸ਼ ਲੋਕਾਂ ਤੱਕ ਪਹੁੰਚ ਰਿਹਾ ਨਾ ਥੀਏਟਰ ਦੇ ਥਰੂ, ਸਾਨੂੰ ਉਹਦੀ ਜ਼ਿਆਦਾ ਖੁਸ਼ੀ ਹੈ ਜੀ। ਬਹੁਤ ਸ਼ੁਕਰੀਆ ਜੀ। ਵਿਜ਼ਿਟ ਕੀਤਾ ਪਵੇਲੀਅਨ 'ਚ, ਘੁੱਗੀ ਸਾਹਿਬ ਵੀ ਆਏ, ਲੋਕਾਂ ਨੇ ਮਤਲਬ ਦੇਖ ਕੇ ਇੱਕ ਤਰ੍ਹਾਂ ਚੌਂਕ ਗਏ। ਬਹੁਤ ਮਿਹਰਬਾਨੀ ਜੀ, ਬਹੁਤ ਥੈਂਕ ਯੂ ਲੋਕਾਂ ਦਾ, ਕਿਉਂਕਿ ਅਸੀਂ ਇਹ ਫਿਲਮ ਸਮਾਜ ਲਈ ਬਣਾਈ ਹੈ, ਸਾਡੀ ਨਵੀਂ ਜਨਰੇਸ਼ਨ ਲਈ ਬਣਾਈ ਹੈ। ਸੋ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ, ਜਿੱਥੇ ਵੀ ਜਾਂਦੇ ਹਾਂ ਸਾਰੇ ਪਾਸੇ ਹਾਊਸਫੁੱਲ ਨੇ। ਅੱਜ ਅਸੀਂ ਅੱਜ ਲੁਧਿਆਣੇ ਵਿਜ਼ਿਟ ਕਰਨ ਲਈ ਆਏ ਸੀ, ਸੋ ਲੁਧਿਆਣੇ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇੱਕ ਚੰਗੀ ਫਿਲਮ ਨੂੰ, ਮੁੱਦੇ ਦੀ ਫਿਲਮ ਨੂੰ, ਜਿਹੜੀ ਅੱਜ ਸਮੇਂ ਦੀ ਫਿਲਮ ਹੈ, ਜਿਹੜੇ ਸਮੇਂ ਦੀ ਫਿਲਮ ਦੀ ਮੈਨੂੰ ਲੋੜ ਹੈ ਉਹੀ ਫਿਲਮ ਲੈ ਕੇ ਆਏ ਨੇ। ਸੋ ਬੀਪੀ ਗਰੇਵਾਲ ਦਾ ਥੈਂਕ ਯੂ ਕਰਦੇ ਹਾਂ ਜੀ ਸਾਨੂੰ ਇਸ ਫਿਲਮ ਦਾ ਹਿੱਸਾ ਬਣਾਉਣ ਲਈ। ਸੋ ਅੱਜ ਅਸੀਂ ਮੈਂ ਅਤੇ ਗੁਰਪ੍ਰੀਤ ਘੁੱਗੀ ਭਾਅ ਜੀ ਵਿਜ਼ਿਟ ਕਰ ਰਹੇ ਹਾਂ ਸਿਨੇਮਾ ਲਈ। ਸੋ ਬਹੁਤ ਚੰਗਾ ਲੱਗ ਰਿਹਾ, ਜਦੋਂ ਤੁਹਾਡੀ ਮਿਹਨਤ ਨੂੰ ਫਲ ਮਿਲ ਰਿਹਾ ਤੁਸੀਂ ਚੰਗਾ ਸਿਨੇਮਾ ਲੈ ਕੇ ਆਏ ਹੋ। ਬਹੁਤ ਫਿਲਮਾਂ ਕਰਦੇ ਹਾਂ ਪਰ ਇਹ ਫਿਲਮ ਜ਼ਿੰਦਗੀ 'ਚ ਇਹੋ ਜਿਹੀ ਕਦੇ ਨਹੀਂ ਕੀਤੀ, ਸੋ ਇਹੋ ਜਿਹੀ ਫਿਲਮ ਕਦੇ ਦੇਖੀ ਵੀ ਨਹੀਂ ਆਪ। ਸੋ ਬਹੁਤ ਥੈਂਕ ਯੂ ਜੀ, ਬਹੁਤ ਲੋਕਾਂ ਦਾ ਧੰਨਵਾਦ, ਸਾਡੇ ਸਤਿਕਾਰਯੋਗ ਸਰੋਤਿਆਂ ਦਾ, ਬਹੁਤ ਦਰਸ਼ਕਾਂ ਦਾ ਧੰਨਵਾਦ ਜਿਨ੍ਹਾਂ ਨੇ ਚੰਗੇ ਮੈਸੇਜ ਨੂੰ
ਚੰਗੇ ਮੈਸੇਜ ਨੂੰ ਕਬੂਲਿਆ ਅਤੇ ਚੰਗੇ ਮੈਸੇਜ ਦੀ ਫਿਲਮ ਹੁਣ ਬੱਚਿਆਂ ਨੂੰ ਦਿਖਾ ਰਹੇ ਨੇ, ਫੈਮਲੀ ਸਮੇਤ ਲੋਕ ਆ ਰਹੇ ਨੇ, ਬਹੁਤ ਮਿਹਰਬਾਨੀ ਸ਼ੁਕਰੀਆ। ਪਰਸਨਲੀ ਤੌਰ 'ਤੇ ਲੋਕਾਂ ਨੂੰ ਕੀ ਸੰਦੇਸ਼ ਹੈ ਤੁਹਾਡੇ ਕੋਲ? ਸਰ ਇਹੀ ਦੱਸਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ ਅਸੀਂ ਰਿਸ਼ਤਿਆਂ ਦੀ ਜਿਹੜੀ ਟੁੱਟ ਭੱਜ ਹੋ ਰਹੀ ਹੈ ਉਹ ਦਿਖਾਈ ਹੈ ਕਿ ਰਿਸ਼ਤੇ ਕਿਵੇਂ ਠੀਕ ਰੱਖਣੇ ਨੇ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਚੰਗੇ ਸਮਾਜ ਦੇ ਵਿੱਚ ਜਿਉਣ, ਤੁਹਾਡੇ ਬੱਚੇ ਚੰਗੇ ਐਟੀਕੇਟਸ ਲੈ ਕੇ ਜਿਉਣ, ਤੁਹਾਡੇ ਬੱਚੇ ਚੰਗੇ ਸਦਾਚਾਰ ਲੈ ਕੇ ਸਮਾਜ ਵਿੱਚ ਜਾਣ, ਤਾਂ ਤੁਹਾਨੂੰ ਫੈਮਲੀ ਦੇ ਨਾਲ ਫਿਲਮ ਦੇਖਣੀ ਚਾਹੀਦੀ ਹੈ। ਮਿਹਰਬਾਨੀ, ਸ਼ੁਕਰੀਆ, ਧੰਨਵਾਦ।